ਇਹ ਕੋਈ ਲੁਕੀ ਸ਼ਿਪੀ ਗੱਲ ਨਹੀਂ ਕਿ ਪੰਜਾਬ ਜੇ ਨਸ਼ੇ ਵਧ ਰਹੇ ਨੇ ਤਾਂ ਉਸ ਦਾ ਮੁੱਖ ਕਾਰਨ ਕੀ ਹੈ ਨਸ਼ਿਆਂ ਦੇ ਵਧਣ ਦਾ ਕਾਰਨ ਹੈ ਸਿਆਸੀ ਲੀਡਰਾਂ ਵੱਲੋਂ ਸਪਲਾਈ ਚੇਨ ਨੂੰ ਬढ़ावा ਦੇਣਾ ਅਤੇ ਇਸ ਨੂੰ ਬਰਕਰਾਰ ਰੱਖਣਾ ਆਮ ਆਦਮੀ ਪਾਰਟੀ ਆਪਣੇ ਨੌਜਵਾਨਾਂ ਵਾਸਤੇ ਚੋਣ ਮੈਨੀਫੈਸਟੋ 'ਚ ਇਹ ਵਾਅਦਾ ਕਰ ਰਹੀ ਹੈ ਕਿ ਨਸ਼ਿਆਂ ਦੀ ਸਪਲਾਈ ਚੇਨ ਦਾ 1 ਮਹੀਨੇ 'ਚ ਸਫਾਇਆ ਹੋਊਗਾ ਇਸੇ ਤਰ੍ਹਾਂ ਨਸ਼ਾ ਪੀੜਤਾ ਦੇ ਮੁੜ ਵਸੇਬੇ ਦੀ ਪ੍ਰਕਿਰਿਆ ਦੇ ਸਾਰਥਕ ਨਤੀਜੇ ਅਗਲੇ 6 ਮਹੀਨਿਆਂ ਚ ਨਿਕਲ ਕੇ ਆਉਂਗੇ ਸਾਰੇ ਸਿਆਸੀ ਮਨਸ਼ਾ ਵਾਲੇ ਝੂਠੇ ਕੇਸ ਅਤੇ ਫਰਜ਼ੀ ਐਨਡੀਪੀਐਸ ਮੁਕਦਮੇ ਵਾਪਸ ਲੈ ਜਾਣਗੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਹੋਊਗੀ ਦੋਸ਼ੀ ਨਸ਼ਾ ਤਸਕਰਾਂ ਨੂੰ ਮੌਤ ਤੱਕ ਉਮਰ ਕੈਦ ਵਾਸਤੇ ਇੱਕ ਖਾਸ ਕਾਨੂੰਨ ਲਿਆਂਦਾ ਜਾਊ ਸਰਕਾਰੀ ਨਸ਼ਾ ਛਡਾਊ ਅਤੇ ਮੋਡ ਸੇਵਾ ਕੇਂਦਰਾਂ ਚ ਇਲਾਜ ਹੋਵੇਗਾ ਫ੍ਰੀ ਹੋਊਗਾ ਆਮ ਆਦਮੀ ਪਾਰਟੀ ਨਸ਼ਿਆਂ ਖਿਲਾਫ ਮੋਹਮ ਵਿੱਚ ਸਿਆਸੀ ਲੀਡਰਾਂ ਨੂੰ ਵੀ ਜੁੜੇਗੀ ਸਥਾਨਕ ਸਰਕਾਰਾਂ ਅਤੇ ਪੰਚਾਇਤੀ ਚੋਣਾਂ 'ਚ ਨਸ਼ਾ ਮੁਕਤੀ ਦੇ ਹਲਫਨਾਮੇ ਲੈ ਜਾਣਗੇ ਐਮਪੀ ਐਮਐਲਏਜ਼ ਦੀਆਂ ਚੋਣਾਂ ਦੇ ਉਮੀਦਵਾਰਾਂ ਦੇ ਖੂਨ ਅਤੇ ਪਿਸ਼ਾਬ ਦੇ ਨਮੂਨਿਆਂ ਦੀ ਅਚਨਚੇਤ ਜਾਂਚ ਕੀਤੀ ਜਾਏਗੀ ਇਹ ਜਾਂਚ ਅਸੀਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਕਰਵਾਵਾਂਗੇ ਇਹ ਸਾਰੀ ਮੁਹਿੰਮ ਨੂੰ ਯਾਨੀ ਐਂਟੀ ਡਰੱਗ ਕੈਂਪੇਨ ਨੂੰ ਯਕੀਨੀ ਬਣਾਉਣ ਵਾਸਤੇ ਹਰ ਪਿੰਡ 'ਚ ਇਕ ਆਧੁਨਿਕ ਪਿੰਡੂ ਸਿਹਤ ਕਲੀਨਿਕ ਹੋਵੇਗਾ ਜਿੱਥੇ ਡਾਕਟਰ ਦੀ ਯਕੀਨਨ ਮੌਜੂਦਗੀ ਤੋਂ ਇਲਾਵਾ ਮੁਫਤ ਦਵਾਈਆਂ ਅਤੇ ਬਿਨਾ ਪੈਸੇ ਮੈਡੀਕਲ ਟੈਸਟ ਦਾ ਇੰਤਜ਼ਾਮ ਹੋਊਗਾ